रात दे 11 बज के 49 मिनट हो चुके मित्रों, ते हुण असीं जिहड़े हैगे पहुंचे साढ़े वेन्यू दे उत्ते, जिहड़ा हैगा कोहिमा तों अगे हैगा, काफी ऑफ रोडिंग करनी पई ते हुण इत्थे पहुंचे हैगे। इत्थे तुसीं देख रहे हो कैंपिंग कीती हुई। ਸਤਿ ਸ਼੍ਰੀ ਅਕਾਲ ਵੀ ਦੋਸਤੋ, ਗੁੱਡ ਮਾਰਨਿੰਗ ਹੋ ਚੁੱਕੀ ਹੈ ਤੇ ਹੁਣੇ ਉੱਠੇ ਹੈਗੇ ਆ ਤੇ 6:30 ਹੋਏ ਨੇ ਹਲੇ, ਔਰ ਅਸੀਂ ਤਾਂ ਆਪਦੇ ਨੇ ਉੱਠੇ ਸੀ ਜਲਦੀ ਤੇ ਇੱਧਰ ਜਿਹੜਾ ਸੂਰਜ ਆ ਗੋਡੇ ਗੋਡੇ ਚੜਿਆ, ਐਂ ਲੱਗਦਾ ਜਿਵੇਂ ਵੀ ਦੁਪਹਿਰਾ ਹੋ ਗਿਆ ਹੋਵੇ। ਤੇ ਆ ਇੱਥੇ ਰਾਈਡਰ ਮੀਟ ਹੈਗੀ, ਤੁਹਾਨੂੰ ਦੱਸਿਆ ਸੀ ਹੌਰਨਬਿਲ ਰਾਈਡਰ ਮੀਟ, ਤਾਂ ਇਹਦੇ ਉੱਤੇ ਤੁਸੀਂ ਦੇਖ ਸਕਦੇ ਹੋ। ਤਾਂ ਦੇਖਦੇ ਕੋਨੇ ਕੋਨੇ ਤੋਂ ਇੱਥੇ ਜਿਹੜੇ ਹੈਗੇ ਨੇ ਬਾਈਕਰ ਆਏ ਹੋਏ ਹੈਗੇ ਨੇ ਤੇ ਕੈਂਪਿੰਗ ਕੀਤੀ ਹੋਈ ਹੈ ਸਾਰਿਆਂ ਨੇ। ਹਲੇ ਹੀ ਮਾਰੀ ਜਾਂਦੇ ਤਾਂ ਰਾਤ ਅਸੀਂ ਲੇਟ ਹੋ ਗਏ ਸੀ। ਉਸ ਤੋਂ ਪਹਿਲਾਂ ਇੱਥੇ ਚੱਲਿਆ ਸੀ ਡੀਜੇ ਵਾਲਾ ਪ੍ਰੋਗਰਾਮ ਪੂਰਾ, ਗਾਉਣ ਵਜਾਉਣ। ਪਹਾੜ ਦੀ ਟੀਸੀ ਤੇ ਕੀਤੀ ਹੋਈ ਹੈ। ਲਹਿਰੀ ਸਾਹਿਬ, ਇੱਕ ਗੱਲ ਹੋਰ ਵੀ ਦੇਖਣ ਨੂੰ ਮਿਲ ਰਹੀ ਹੈ ਇੱਥੇ, ਜਿਹੜੇ ਫੋਰਨਰ ਆਏ ਨੇ ਜੀ, ਥਕੇਵਾ ਲਾਉਣ ਵਾਸਤੇ ਦੇਖੋ ਸਾਹਮਣੇ ਬਾਰ ਵਾਲਾ ਵੀ ਹੈਗਾ ਸਿਸਟਮ। ਕਿੱਥੇ? ਉਹ ਦੇਖੋ ਸਾਹਮਣੇ ਲਿਖਿਆ ਬਾਰ ਇੰਜੋਏ। ਅੱਛਾ, ਹਾਂ ਬਿਲਕੁਲ ਬਿਲਕੁਲ ਸਹੀ ਹੈ, ਇੱਥੇ ਬਾਹਰ ਦਾ ਵੀ ਕੋਈ ਪ੍ਰੋਗਰਾਮ ਹੈਗਾ। ਇੱਕ ਸਿੰਘ ਸਾਹਿਬ ਹੋਰ ਲੱਗਦੇ ਵਿੱਚ ਖੜੇ। ਹਾਂ, ਸਿੰਘ ਸਾਹਿਬ ਨੇ ਪੂਰਾ ਰੌਣਕ ਮੇਲਾ ਲਾ ਰੱਖਿਆ ਮੈਨੂੰ ਲੱਗਦਾ। ਹਾਂ, ਇਹ ਤਾਂ ਦੇਖੋ ਕਿ ਹੱਥ ਸਿੱਕ ਜਾ ਰਿਹਾ ਦੁਪਹਿਰੇ ਦੁਪਹਿਰੇ। ਹਾਂ, ਦੇਖੋ ਦੇਖੋ ਮੈਂ ਧੌਣ ਬਾਹਰ ਕੱਢੀ ਹੈ। ਮੇਘਾਲਿਆ ਬਹੁਗੜ ਵਾਲਾ ਫਿਰਦਾ। ਮਾੜੀ ਟੋਪੀ ਵੀ ਦਿਖਾ ਦਿਓ ਜੇ ਹੋ ਸਕੇ ਤਾਂ ਸਾਡੇ ਦਰਸ਼ਕਾਂ ਨੂੰ, ਬਾਲ ਖੜੇ ਕਰਨ ਦੀ ਲੋੜ ਹੀ ਨਹੀਂ। ਹਾਂ, ਇਥੋਂ ਦਾ ਜਿਹੜਾ ਨਾਗਾਲੈਂਡ ਦਾ ਹੈਲੋ ਦਾ ਜਿਹੜਾ ਟ੍ਰੈਡੀਸ਼ਨ ਹੈ ਉਹ ਸਵੇਰੇ ਸ਼ੁਰੂ ਕਰਤਾ ਕੰਮ ਇਹਨਾਂ ਨੇ। ਮੋਰਨਿੰਗ ਮੋਰਨਿੰਗ ਦੇਖੋ ਦੋਸਤੋ, ਬਿਲਕੁਲ ਸਵੇਰੇ ਤੱਕ ਕੈਂਪਿੰਗ। ਇੱਧਰ ਤੋਂ ਵੀ ਮਾੜਾ ਜਿਹਾ ਦੇਖੋ ਵੀ ਕਿਹੜੀ ਕੰਟਰੀ ਦਾ ਡਾਂਸ ਹੈ, ਸਮਝ ਨਹੀਂ ਆ ਰਹੀ। Morning. ਕੈਂਪ ਦੇਖੋ ਕਿੱਥੇ ਕਿੱਥੇ ਕੀਤੀ ਹੋਈ ਹੈ। ਦੋਸਤੋ ਜਿਹੜਾ ਇਹ
ਨੌਵਾਂ ਹਾਰਨਵਿਲ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਉਹ ਜਗ੍ਹਾ ਹੈ ਜਦੋਂ ਦੂਸਰੇ ਵਿਸ਼ਵ ਯੁੱਧ ਦੇ ਵੇਲੇ ਜਪਾਨ ਦੀ ਜਿਹੜੀ ਟੀਮ ਸੀਗੀ ਉਹਨੇ ਇੱਥੇ ਆਪਣਾ ਬੇਸ ਬਣਾਇਆ ਹੋਇਆ ਸੀਗਾ, ਜਦੋਂ ਕਿ ਇੱਥੋਂ ਬਿਲਕੁਲ 5 ਕਿਲੋਮੀਟਰ ਦੂਰ ਜਿਹੜਾ ਹੈਗਾ ਇੰਡੀਆ ਦੀ ਤਰਫੋਂ ਬ੍ਰਿਟਿਸ਼ ਆਰਮੀ ਦਾ ਕੈਂਪ ਸੀਗਾ। ਅਤੇ ਪਰ ਇਸ ਜਗ੍ਹਾ ਦੇ ਉੱਤੇ ਉਹਨਾਂ ਦਾ ਜਪਾਨ ਦੀ ਜਿਹੜੀ ਸੈਨਾ ਸੀਗੀ ਉਹਨਾਂ ਨੇ ਆਪਣਾ ਬੇਸ ਕੈਂਪ ਬਣਾਇਆ ਹੋਇਆ ਸੀ, ਸਾਰਾ ਹਥਿਆਰ ਵਗੈਰਾ ਗੋਲੀ ਛਿੱਕਾ ਸਾਰਾ ਇੱਥੇ ਸੀਗਾ ਉਹਨਾਂ ਦਾ। ਦੋਸਤੋ ਇਸ ਵੇਲੇ ਅਸੀਂ ਹਾਰਨਵਿਲ ਰਾਈਡਰ ਮੀਟ ਦੇ ਵਿੱਚ ਹਾਂ ਕੋਹਿਮਾ ਦੇ ਵਿੱਚ, ਅਤੇ ਇੱਥੇ ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤ ਤੇਰੇ ਚ ਤੇਰਾ ਯਾਰ ਬੋਲਦਾ। ਬਿੰਦ ਰੱਖੀਏ ਇਹਨੂੰ।
ਟਰੈਕਟਰ ਮੀਟ ਦੇ ਵਿੱਚ ਹੁਣ ਇਸ ਵੇਲੇ ਬ੍ਰੇਕਫਾਸਟ ਚੱਲ ਰਿਹਾ ਹੈਗਾ ਤੇ ਹੈਲੋ ਤਾਂ ਇਹ ਜਿਹੜੇ ਹੈਗੇ ਨੇ ਸਵੇਰ ਦਾ ਖਾਣਾ ਇਹ ਡਿਸਟ੍ਰੀਬਿਊਟ ਕਰ ਰਹੇ ਨੇ ਸਾਥੀ ਸਲਾਮ ਫਰਮ ਨਾਗਾਲੈਂਡ ਵੈਲਕਮ ਐਂਡ ਸਤਿ ਸ੍ਰੀ ਅਕਾਲ ਫਰਮ ਪੰਜਾਬ ਵੈਲਕਮ ਟੂ ਨਾਗਾਲੈਂਡ ਥੈਂਕ ਯੂ ਔਰ ਇਹ ਤੇ ਬ੍ਰੈਡ ਹੈਗੇ ਨੇ ਥੈਂਕ ਯੂ ਬਨਾਨਾ ਔਰ ਇਧਰ ਚਾਹ ਬਨਾਨਾ ਬ੍ਰੇਕਫਾਸਟ ਚੱਲ ਰਿਹਾ ਦੋਸਤੋ ਔਰ ਸਾਰੇ ਰਾਈਡ ਸਾਥੀ ਹਾਏ Thank you. You are from? Thank you. Same here. You are from Chilang? Yeah. Punjab. Yeah, yeah. Thank you. I see all the Sardars now there. Yeah, yeah, yeah. We are also Sardar. Yeah. And Tarbani is in the camping now. Yeah. Thank you. Thank you. Hey, dosto. Excuse me, sir. Yeah. Yeah. It's a sticker from our Chilang Mizo riders. Thank you. Okay. And your city is very beautiful. I visited 2 years ago. Yeah, yeah. Very nice, very beautiful city, Shillong. Thank you. Thank you. Hi, dosto. Shillong Mizo Riders ride for Brotherhood. Na bolo aaj. Jira apna sticker dete gaye ne. Hello. Inna ne apnu apne sticker dete hai gaye aur Brotherhood da message deta hai gaye na saare ne. ਤਾਂ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵੀ ਕੈਂਪਿੰਗ ਕੀਤੀ ਗਈ ਆ ਔਰ ਪਿੱਛੇ ਜਿਹੜਾ ਕੋਹਿਮਾ ਸ਼ਹਿਰ ਅਗਰ ਤੁਸੀਂ ਦੇਖ ਪਾ ਰਹੇ ਹੋ ਪਹਾੜਾਂ ਦੀਆਂ ਵਾਦੀਆਂ ਦੇ ਵਿੱਚ ਉਹ ਸਾਹਮਣੇ ਸ਼ਿਲੋਂਗ ਥੋੜ੍ਹਾ ਮੈਂ ਜ਼ੂਮ ਕਰਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਅਗਰ ਤੁਸੀਂ ਦੇਖ ਪਾਉਣ ਦਾ ਤਾਂ ਇਹ ਕੋਹਿਮਾ ਸ਼ਹਿਰ ਹੈਗਾ ਇੱਥੇ ਜਿਹੜਾ ਹੈਗਾ ਪੂਰੇ ਨੌਰਥ ਈਸਟ ਤੋਂ ਰਾਈਡਰ ਆਏ ਹੋਏ ਹੈਗੇ ਨੇ ਕੁਛ ਯੂਪੀ ਤੋਂ ਵੀ ਹੈਗੇ ਨੇ ਪੰਜਾਬ ਤੋਂ ਸਿਰਸਰ ਪਾਸੇ ਇਕੱਲੇ ਆਏ ਹਾਂ ਅਤੇ ਸਭ ਤੋਂ ਦੂਰ ਜਿਹੜੇ ਰਾਈਡਰ ਹੈ ਉਹ ਅਸੀਂ ਹਾਂ ਔਰ ਪੰਜਾਬੀ ਕਰਕੇ ਔਰ ਪੰਜਾਬ ਦੇ ਰਾਈਡਰ ਕਰਕੇ ਇਹ ਬੜਾ ਮਾਣ ਸਤਿਕਾਰ ਦੇ ਰਹੇ ਹੁਣ ਅਸੀਂ ਜਾ ਰਹੇ ਹਾਂ ਭਾਂਡੇ ਧੋਣੇ ਤੁਸੀਂ ਆ ਸਕਦੇ ਹੋ ਪਿੱਛੇ ਪਿੱਛੇ ਇਹ ਭਾਂਡੇ ਬਦਲਣਾ ਜਾਣ ਮੈਂ ਦੇਖ ਲਈ ਮੇਰੇ ਵਾਲੇ ਆਰਡਰ ਰੱਖੇ ਆਪਣੇ ਟੁੱਟੀ ਹੋਈ ਪਲੇਟ ਬਸ ਆ ਜਾਓ ਇੱਧਰ ਪਾਣੀ ਭਰਤਾ ਜਾਂਦਾ ਕੁਛ ਦੋਸਤ ਬ੍ਰੇਕਫਾਸਟ ਕਰ ਰਹੇ ਆ ਕੁਛ ਦਾ ਬ੍ਰੇਕਫਾਸਟ ਹੋ ਗਿਆ ਹੈਗਾ ਔਰ ਇਹ ਸਾਰੇ ਟੈਂਟ ਲਗਾਏ ਹੋਏ ਨੇ ਇੱਥੇ ਦੋਸਤ ਸਟੇ ਕੀਤੀ ਹੈਗੀ ਹੈ ਧੁੱਪ ਇੱਥੇ ਕਾਫੀ ਤੇਜ਼ ਹੈ ਦੋਸਤੋ ਤੇ ਸਾਰੇ ਟੀ ਸ਼ਰਟਾਂ ਤੁਸੀਂ ਦੇਖ ਸਕਦੇ ਹੋ ਟੀ ਸ਼ਰਟਾਂ ਦੇ ਵਿੱਚ ਹੀ ਅਸੀਂ ਘੁੰਮ ਰਹੇ ਹੈਗੇ ਦੋਸਤੋ
ਹਾਰਨਵਿਲ ਰਾਈਡਰ ਮੀਟ ਦੇ ਵਿੱਚ ਰਹਿ ਗਿਆ। ਇਸ ਵੇਲੇ ਤੁਸੀਂ ਦੇਖ ਸਕਦੇ ਹੋ ਸਾਰੇ ਕੈਂਪਿੰਗ ਕੀਤੀ ਹੋਈ ਹੈਗੀ ਸਾਰੇ ਦੋਸਤਾਂ ਨੇ, ਔਰ ਮੇਰੇ ਜੋ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਹ ਹੈਗੇ ਨੇ ਮਕੋਕ ਚੋਂ ਜ਼ਿਲ੍ਹੇ ਤੋਂ, ਤੇ ਮਕੋਕ ਚੋਂ ਹੈਲੋ ਹੈਲੋ ਇਹ ਦੋਸਤ ਜਿਹੜੇ ਹੈਗੇ ਨੇ ਇਹ ਕੋਹਿਮਾ ਤੋਂ ਨੇ, ਔਰ ਦੂਸਰੇ ਜਿਹੜੇ ਹੈਗੇ ਨੇ ਉਹ ਮਕੋਕ ਚੋਂ ਤੋਂ ਨੇ। ਥੈਂਕ ਯੂ ਦਾ ਡਰਾਈਵ ਰਾਈਟ ਫਾਰ ਮੂਮੈਂਟ ਦਾ ਡਰਾਈਵ ਇਹਨਾਂ ਦਾ ਗਰੁੱਪ ਹੈ। ਚਿਲ ਕਰ ਰਹੇ ਨੇ ਸਾਰੇ ਦੋਸਤ, ਹੋਰ ਤੁਸੀਂ ਦੇਖ ਸਕਦੇ ਇੱਧਰ ਪਹਾੜੀ ਦੀ ਟੀਸੀ ਦੇ ਉੱਪਰ ਘੁੰਮ ਰਹੇ ਹਾਂ, ਔਰ ਇੱਥੇ ਜਿਹੜਾ ਹੈਗਾ ਇਹਨਾਂ ਨੇ ਕੈਂਪਿੰਗ, ਔਰ ਪਿੱਛੇ ਪਹਾੜ, ਔਰ ਇੱਥੇ ਜਿਹੜੀ ਹੈਗੀ ਥੱਲੇ ਤਾਸ਼ ਵੀ ਚੱਲ ਰਹੀ ਹੈ। ਇੱਥੇ ਤੁਹਾਨੂੰ ਇੱਕ ਹੋਰ ਵਰਾਇਟੀ ਦਿਖਾਵਾਂਗੇ। ਇਹ ਜਿਹੜੇ ਹੈਗੇ ਨੇ ਇਹ ਵੀ ਨਾਗਾਲੈਂਡ ਦਾ ਹੀ ਰਾਈਡਰ ਹੈ ਕੋਈ, ਇਹਨਾਂ ਨੇ ਕੰਨ ਦੇ ਵਿੱਚ ਵੀ ਕੁਝ ਪਾਇਆ ਹੋਇਆ। ਆਪਕੀ ਟ੍ਰਾਈਬ ਕੌਨ ਸੀ? ਕਰਬੀ 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 ਹਾਂ, ਫਰੋਮ ਕਰਬੀ ਅੰਗਲੋਂਗ। ਓਕੇ, ਹਮ ਲੋਗ ਕਰਬੀ ਅੰਗਲੋਂਗ ਮੋਟਰਸਾਈਕਲ ਕਲੱਬ ਕਾ ਨਾਮ ਸੇ ਆਲੀ ਹਮ ਲੋਗ ਚਲਾ ਰਹੇ 6 ਸਾਲ ਸੇ। ਆਪ ਕਹਾਂ ਸੇ ਹੈਂ? ਕਰਬੀ ਅੰਗਲੋਂਗ। ਕਰਬੀ ਅੰਗਲੋਂਗ ਵਹੀ ਜਿੱਥੇ ਆਪਾਂ ਜਿੱਥੇ ਚਾਹ ਪੀਤੀ ਸੀ, ਚਾਹ ਪੀਤੀ ਸੀ ਇੱਥੇ, ਵਹਾਂ ਪੇ ਆਪਕੇ ਵਹਾਂ ਪੇ ਹਮਨੇ ਚਾਹ ਪੀਆ ਦਾ ਰੁਕਾ। अच्छा, तो एक मिनट ये दिखाना जी, आपने क्या पहना हुआ कान में? ये तो देखो पंपकिन का, तो पंपकिन का है, कद्दू। अच्छा, कद्दू का वो कैसे थारी ना क्या है, कद्दू की डंडी है। थोड़ा इधर फेस करना प्लीज। तो जे कद्दू की जी डंडी इन्होंने पाई हुई है, देखो साइन है जी, असि किसान है। अच्छा अच्छा, दिस इज द सिंबल ऑफ अ फार्मर। Yeah, no, it's not like that. Okay. See, I can put gold also, I can put silver also. What you but it's not there, so it's like... Okay. I want some light. Hmm. Light, like something like, na? So this is very light, exactly. Hmm. So... Okay. Yeah. Halka hai, to... Kaan ke liye bhi acha hai. Nah. Nahi to... Ye toot bhi sakta hai na, bari honne se. Ah, ye toot bhi sakta hai, isliye... Halka lagana pada. Okay. पहले तो हम वो क्या बोलते हैं वो गंजा ना वीट गांजा सारा गांजा वीट 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 का स्टीम होता है ना जो डंडा तो कैसी वाला। अच्छा, इसका क्या है अपने ये लगा रहे? ये तो इसे तेल है, इसे एनिमल का हम लोग, ये ओरिजिनल ओरिजिनल तेल है ना? हां ओरिजिनल तेल है। किस एनिमल का है ये? हम लोग बोलते हैं पीजी बोलते हैं इसको, पीजी। हां पीजी का इसको मतलब कैडी केस के साथ क्या जैसे आपने हंटिंग की इसकी? नहीं नो नो नो, हमको गिफ्ट दिया। गिफ्ट दिया, गिफ्ट दिया तो हम ऐसे ही। अच्छा, ये यार दोस्त है के ना, आपका नाम क्या है? नॉक्स, नॉक्स जोली जान। नॉक्स जोली जान, ओके। तो नॉक्स जोली जान इन्हों एक दिन दोस्त ने आ जारी है, तुम देख रहे हो पिछे पूछ इन्हों के दोस्त ने गिफ्ट की है। कौन सा जानवर की है जी ये? बोले तो बिल्ली जैसा जानवर, बिल्ली जैसा है, मतलब कैट का वो फैमिली है, ਪੂਛ ਲਗਾਈ ਹੋਈ ਹੈ।
दोस्तों हॉर्नबिल राइडर्स मीट राइडर्स अनलॉक 2021 दे अज फन गेम की शुरुआत होने लगी हैगी स्लो राइड ये कराई जाएगी तैयारी चल रही है फिलहाल है कंपीटीशन शुरू होने वाला है स्लो राइडिंग वाला और दस दिन कौन जीतता है कौन हारता है चिक चिक we have kickbox lunger from viram samar jit and jit solo guwahati leonard deka solo guwahati dayan islam solo guwahati luhit boro black hawk rovers asa this is the first group there is group a I'll repeat the names those names are takum pom pomli rogers long leg kickbox lunger viram Leonard Deka, Solo Guwahati, Fahad JMZ, Dayan Islam, दोस्तों स्लो रेस राइड कंपटीशन शुरू है देखते हैं
ਰਾਈਡਰ ਮੀਟ ਦੇ ਵਿੱਚ ਸਲੋ ਰਾਈਡ ਦੇ ਕੰਪੀਟੀਸ਼ਨ ਚੱਲ ਰਹੇ ਹੈਗੇ ਨੇ ਇਸ ਵੇਲੇ मौसम भी देखो तुझे चार सितारे ग्रुप बी मनोज आदित्य बोरो जिंटू साइकिया ओके प्रदीप दत्ता ओके स्टीफन एमी राइडर्स Are you here? Down. Hard to tell you. Daniel Mehta, NMC. Next, Jewelson solo. Nagaland. Punjabi Avengers Punjab Jaswant Kosi Jaswant Singh Nathan Solo Coco RRM sonu bulai jande pichhe bada de tent de sonu bulai jande Tinku Singh Solo Jasper Sandhu, are you here? Jasper Sandhu? Please line up. Jaswant Kosi. Jaswant Singh. Nathan Solo, are you here? Nathan Solo. Coco, are you here? Salim, you are here? Thank you.
Best of luck. Thank you, thank you. Best of luck, Mia. Best of luck. चलो, everyone ready? Ready. दोस्तों अपने क्लब के मैंबर पार्टिसिपेट कर लगे है ने। बल्ले तीन रह गए तीन ना टले कभी ना टले ना टले बिलकुल बिलकुल जित हार बनी आई है पार्टिसिपेट करना बड़ी गल हुंदी है वेल डन खेड लई खेडो ना के जित हार लई बिलकुल 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 गल गल ए है ਆਪਾਂ ਤਾਂ ਪੰਜਾਬੀ ਐਡਵੈਂਚਰਸ ਦਾ ਨਾਂ ਉੱਚਾ ਕਰਨਾ ਸੀ ਅੱਠ ਹੋ ਗਿਆ ਏ ਅਗਲੇ ਕਹਿੰਦੇ ਪੰਜਾਬੀ ਐਡਵੈਂਚਰ ਬਹੁਤ ਬਹੁਤ ਮੁਬਾਰਕਾਂ।